ਪੰਜਾਬ ਦੇ مالی ਹਾਲਾਤ ਯਾਨੀ ਕਿ ਫਿਸਕਲ ਹੈਲਥ ਬਾਰੇ ਅੱਜਕਲ ਖੂਬ ਗਲਬਾਤ ਹੋ ਰਹੀ ਹੈ ਵੈਸੇ ਤਾਂ ਪੰਜਾਬ ਦੀ مالی ਹਾਲਤ ਪਿਛਲੇ ਕਈ ਸਾਲਾਂ ਤੋਂ ਬਦ ਤੋਂ ਬੱਤਰ ਹੁੰਦੀ ਨਜ਼ਰ ਆ ਰਹੀ ਹੈ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੀ ਕਮਾਨ ਸੰਭਾਲੀ ਹੈ ਹਾਲਾਤ ਹੋਰ ਵੀ ਖਰਾਬ ਹੋ ਰਹੇ ਨੇ ਮਾਰਚ ਦੇ ਮਹੀਨੇ ਵਿੱਚ ਖਜ਼ਾਨਾ ਮੰਤਰੀ ਹਰਪਾਲ ਚਿਮਾਨੇ ਜਿਹੜਾ ਬਜਟ ਪੇਸ਼ ਕੀਤਾ ਉਸ ਦੇ ਵਿੱਚ ਦੱਸਿਆ ਗਿਆ ਕਿ ਸਾਲ 2024-2025 ਦੇ مالی ਸਾਲ ਦੌਰਾਨ ਸੂਬੇ ਦਾ ਕੁੱਲ ਕਰਜ਼ਾ 374000 ਕਰੋੜ ਰੁਪਏ ਹੋ ਜਾਵੇਗਾ। ਇਹ ਰਕਮ ਸੂਬੇ ਦੀ ਕੁੱਲ ਜੀਡੀਪੀ ਦਾ 46% ਹੈ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਉੱਤੇ ਕਰਜ਼ਾ ਲਗਾਤਾਰ ਵਧ ਰਿਹਾ ਹੈ ਕਾਰਨ ਸਾਫ਼ ਹੈ ਕਿ ਸੁਭਾਈ ਸਰਕਾਰ ਦੇ ਕੋਲ ਆਮਦਨ ਦੇ ਵਸੇਲੇ ਘਟਨੇ ਤੇ ਖਰਚਾ ਉਹ ਬੇਤਹਾਸ਼ਾ ਕਰ ਰਹੀ ਹੈ ਪੰਜਾਬ ਸਰਕਾਰ ਦੀ ਇਸ ਬਿਹਤ ਤਸ਼ਫੀਸ਼ਨਾਕ مالی ਹਾਲਤ ਲਈ ਜੇ ਕੋਈ ਗੱਲ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਹੈ ਤੇ ਉਹ ਹੈ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਮਾਰਚ ਦੇ ਆਪਣੇ ਬਜਟ ਪੇਸ਼ਣ ਦੇ ਵਿੱਚ ਹਰਪਾਲ ਚੀਮਾ ਨੇ ਦੱਸਿਆ ਸੀ ਕਿ ਉਹ ਇਸ ਸਾਲ ਸਿਰਫ ਬਿਜਲੀ ਦੀ ਖਪਤ ਉਤੇ 20447 ਕਰੋੜ ਰੁਪਏ ਦੀ ਸਬਸਿਡੀ ਦੇਣ ਜਾ ਰਹੇ ਨੇ ਇਹ ਰਕਮ ਸਰਕਾਰ ਦੇ ਟੋਟਲ ਬਜਟ ਦਾ 10% ਹੈ ਜਿਵੇਂ ਕਿ ਪਤਾ ਹੈ ਕਿ ਪੰਜਾਬ ਸਰਕਾਰ ਨਾ ਸਿਰਫ ਖੇਤੀਬਾੜੀ ਸੈਕਟਰ ਨੂੰ ਮੁਫਤ ਬਿਜਲੀ ਫਰਾਮ ਕਰਾਉਂਦੀ ਹੈ ਬਲਕਿ ਘਰੇਲੂ ਖਪਤਕਾਰਾਂ ਨੂੰ ਵੀ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਸਨਤੀ ਖਪਤਕਾਰਾਂ ਨੂੰ ਵੀ ਇਸ ਸਾਲ 3367 ਕਰੋੜ ਰੁਪਏ ਤੱਕ ਦੇ ਕੰਸੈਸ਼ਨ ਦਿੱਤੇ ਗਏ ਨੇ ਪੰਜਾਬ ਸਰਕਾਰ ਦਾ ਪਾਵਰ ਸਬਸਿਡੀ ਦਾ ਇਹ ਬਿੱਲ ਹੁਣ ਵੱਧ ਕੇ 24000 ਕਰੋੜ ਦਾ ਆਕੜਾ ਪਾਰ ਕਰਨ ਵਾਲਾ ਹੈ ਇਸ ਦੀ ਮੁੱਖ وجہ ਇਸ ਵਾਰ ਮਾਨਸੂਨ ਦੀ ਘਾਟ ਨੂੰ ਵੀ ਕਿਹਾ ਜਾ ਸਕਦਾ ਹੈ ਮਾਨਸੂਨ ਫੇਲ ਹੋ ਜਾਣ ਕਾਰਨ ਖੇਤੀਬਾੜੀ ਲਈ ਬਿਜਲੀ ਦੀ ਖਪਤ ਕਾਫੀ ਜ਼ਿਆਦਾ ਰਹੀ ਇਸ ਦਾ ਸਰਕਾਰ ਦੇ ਸਬਸਿਡੀ ਦੇ ਬਿੱਲ ਤੇ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਮਈ ਜੂਨ ਤੇ ਜੁਲਾਈ ਦੇ ਮਹੀਨੇ ਵਿੱਚ ਪਈ ਤੇਜ਼ ਗਰਮੀ ਦੇ ਵਜ੍ਹਾ ਨਾਲ ਕਰੇਲੂ ਖਪਤ ਵੀ ਇਸ ਸਾਲ ਪਹਿਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਰਹੀ। ਵੈਸੇ ਵੀ ਸਬਸਿਡੀ ਹਾਸਲ ਕਰਨ ਲਈ ਕਰੇਲੂ ਖੇਤਕਾਰ ਇੱਕ ਦੀ ਥਾਂ ਤੇ ਹੁਣ ਦੋ-ਦੋ ਮੀਟਰ ਵੀ ਲਵਾ ਰਹੇ ਨੇ। ਇਸ ਲਗਾਤਾਰ ਵਧ ਰਹੇ ਸਬਸਿਡੀ ਬਿੱਲ ਦਾ ਅਸਰ ਸਰਕਾਰ ਦੇ ਦੂਜੇ ਖਰਚਿਆਂ ਤੇ ਪੈਂਦਾ ਨਜ਼ਰ ਆ ਰਿਹਾ ਹੈ ਵੈਸੇ ਸਬਸਿਡੀ ਦੀ ਇਹ ਰਵਾਇਤ ਕਾਫੀ ਪੁਰਾਣੀ ਹੈ ਜੇ ਸਿਰਫ ਖੇਤੀਬਾੜੀ ਸੈਕਟਰ ਦੀ ਹੀ ਗੱਲ ਕੀਤੀ ਜਾਵੇ ਤੇ ਇਹ ਕਹਿ ਸਕਦੇ ਹਾਂ ਕਿ ਇਸ ਦੀ ਸ਼ੁਰੂਆਤ 1997 1998 ਵਿੱਚ ਹੀ ਹੋ ਗਈ ਸੀ ਉਸ ਸਾਲ 607 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਸੀ ਜੜੀ ਕੀ ਹੁਣ ਸਾਲ 2022-2023 ਵਿੱਚ ਵਤਕੇ 20000 ਕਰੋੜ ਦਾ ਆંકੜਾ ਛੂ ਰਹੀ ਹੈ ਇਸ ਵਕਫੇ ਦੌਰਾਨ ਕੁੱਲ ਮਿਲਾ ਕੇ ਪੰਜਾਬ ਸਰਕਾਰ ਨੇ ਵਕਫ ਵਕ ਸੈਕਟਰਾਂ ਨੂੰ 179000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ